ਅੱਜ ਮੈਂ ਕੇਅਰ ਗਿਵਰ ਪ੍ਰੋਗਰਾਮ ਜਿਹਨੂੰ ਨੈਨੀ ਵੀ ਆਖਦੇ ਹਨ ਉਸਦੇ ਬਾਰੇ ਜਿੱਥੇ ਹੋਰ 200 ਤੋਂ ਲਗਭਗ ਜ਼ਿਆਦਾ ਵੀਡੀਓ ਪਾਏ ਹਨ ਅਤੇ ਲੋਕਾਂ ਨੇ ਬਹੁਤ ਪਸੰਦ ਕੀਤੇ ਹਨ ਹੁਣ ਮੈਂ ਇੱਕ ਵੀਡੀਓ ਹੋਰ ਤੁਹਾਡੇ ਸਾਹਮਣੇ ਅਕਤੂਬਰ 2017 ਵਿੱਚ ਪੇਸ਼ ਕਰਨ ਚੱਲਿਆ ਕੇਅਰ ਗਿਵਰ ਪ੍ਰੋਗਰਾਮ ਬਾਰੇ ਕੁਛ ਭੁਲੇਖੇ ਹਨ ਕੁਛ ਮਿਸਕਨਸੈਪਸ਼ਨ ਹਨ ਅਤੇ ਕੁਛ ਅਸੀਂ ਖੁਦ ਆਪਣੇ ਲਈ ਭਰਮ ਪਾਏ ਹੋਏ ਹਨ ਉਹਨਾਂ ਨੂੰ ਦੂਰ ਕਰਨਾ ਮੁੱਖ ਉਦੇਸ਼ ਹੈ ਇਸ ਵੀਡੀਓ ਦਾ ਜਨਰਲ ਅਵੇਅਰਨੈਸ ਦਾ ਇੰਡੀਆ ਜਾਂ ਪੰਜਾਬ ਵਿੱਚ ਆਲਮੋਸਟ ਇਹ ਮੰਨ ਲਿਆ ਜਾਂਦਾ ਹੈਗਾ ਕਿ ਇੱਕ ਭੀੜ ਚਾਲ ਚੱਲ ਪੈਂਦੀ ਹੈ ਵੀ ਆਹ ਫਲਾਣੀ ਚੀਜ਼ ਫਲਾਣਾ ਕੋਰਸ ਕਰਨਾ ਉਹਦੇ ਪਿੱਛੇ ਹੀ ਹਰ ਆਦਮੀ ਤੁਰ ਪੈਂਦਾ ਜਿਵੇਂ ਕਿ ਪਿੱਛੇ ਹੋਇਆ ਸੀ ਕਿ ਬਗੈਰ ਆਇਸ ਜਾਓ ਨਿਊਜ਼ੀਲੈਂਡ ਪਹੁੰਚ ਜਾਓ ਫਲਾਣੀ ਜਗ੍ਹਾ 'ਤੇ ਪਹੁੰਚ ਜਾਓ ਅਤੇ ਉਹ ਚੀਜ਼ਾਂ ਫਿਰ ਜਲਦੀ ਬੰਦ ਹੋ ਜਾਂਦੀਆਂ ਇਸ ਕਰਕੇ ਆਪਾਂ ਇੱਕ ਨੈਤਿਕ ਅਤੇ ਮੋਰਲਸ ਡਿਊਟੀ ਹੈ ਸਾਡੀ ਕਿ ਅਗਰ ਨੈਨੀ ਪ੍ਰੋਗਰਾਮ ਅੱਜ ਖੁੱਲ੍ਹਾ ਹੈਗਾ ਸਾਡੇ ਲਈ ਕੈਨੇਡਾ ਦੇ ਵਿੱਚ ਤਾਂ ਉਸਦੇ ਵਾਸਤੇ ਅਸੀਂ ਕੋਈ ਐਸੇ ਸ਼ਾਰਟਕੱਟ ਨਾ ਅਪਣਾਈਏ ਜਿਹੜੇ ਕਿ ਸ਼ਾਰਟਕੱਟ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਭੈਣਾਂ ਭਰਾਵਾਂ ਬੱਚਿਆਂ ਵਾਸਤੇ ਅੜਚਨ ਪੈਦਾ ਕਰ ਸਕਦੇ ਹਨ ਜਿਵੇਂ ਕਿ ਬਹੁਤ ਸਾਰੇ ਸਟੂਡੈਂਟ ਜਾਂ ਉਹਨਾਂ ਦੇ ਹਸਬੈਂਡ ਜਾਂ ਉਹਨਾਂ ਦੇ ਰਿਸ਼ਤੇਦਾਰ ਇਹ ਕਹਿੰਦੇ ਹਨ ਕਿ ਸਾਨੂੰ LMI ਇਹ ਮੰਗਵਾ ਦਿਓ ਯਾਨੀ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਮੰਗਵਾ ਦਿਓ ਸਾਡੇ ਨਾਮ 'ਤੇ ਜਿਵੇਂ ਕਿ ਕੋਈ ਰੈਡੀਮੇਡ ਕੱਪੜਾ ਜਾਂ ਨਿੱਕਰ ਜਾਂ ਟਰਾਊਜ਼ਰ ਪੈਂਟ ਕਮੀਜ਼ ਆਲਰੇਡੀ ਪਈ ਹੈ ਬਗੈਰ ਨਾਪ 'ਤੇ ਹੀ ਹਰੇਕ ਬੰਦੇ 'ਤੇ ਫਿੱਟ ਆ ਜਾਏ ਇਲੋਜੀਕਲ LMIA ਮੰਗਵਾਉਣੀ ਅਤੇ ਕੋਰਸ ਬਾਰੇ ਜਾਣਕਾਰੀ ਨਾ ਹੋਣੀ ਮਰੀਜ਼ ਦੀ ਜਿਸਦੇ ਵਾਸਤੇ ਤੁਸੀਂ ਜਾ ਰਹੇ ਹੋ ਡਿਸੇਬਲਡ ਹੈ ਜਾਂ ਓਲਡ ਏਜਡ ਹੈ ਬੁੱਢਾ ਹੈ ਜਾਂ ਬੱਚਾ ਹੈਗਾ ਤਾਂ ਉਹਦੇ ਨਾਲ ਸਿੱਧਾ ਇਨਜਸਟਿਸ ਹੈ ਉਹਦੇ ਨਾਲ ਤਾਂ ਇਨਜਸਟਿਸ ਹੈਗਾ ਹੀ ਤੁਸੀਂ ਆਪਣੇ ਭਵਿੱਖ ਦੇ ਨਾਲ ਵੀ ਖਿਲਵਾੜ ਕਰੋਗੇ ਆਪਣੇ ਪੈਸੇ ਨਾਲ ਵੀ ਖਿਲਵਾੜ ਕਰੋਗੇ ਐਵੇਂ ਨਾ ਕਰੋ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਹੜਾ ਪ੍ਰੋਸੈਸ ਹੈ ਉਸ ਨੂੰ ਬਾਈਪਾਸ ਕਰਨਾ ਉਹਨੂੰ ਖਰੀਦਣਾ ਤਾਂ ਆਪਣੇ ਪੈਰ 'ਤੇ ਆਪ ਘੁਲਾੜਾ ਮਾਰਨਾ ਹੈ ਦੂਸਰਾ ਇੱਕ ਅੱਛਾ ਰੈਪੂਟਿਡ ਐਜੂਕੇਸ਼ਨ ਇੰਸਟੀਚਿਊਟ ਕੋਲ ਅਗਰ 1000 ਕਾਲਾਂ ਰੋਜ਼ ਦੀਆਂ ਆਉਂਦੀਆਂ ਹਨ ਅਤੇ ਉਹਦੇ ਵਿੱਚੋਂ 990 ਕਾਲਾਂ ਐਸੀਆਂ ਹੁੰਦੀਆਂ ਹਨ ਕਿ ਸਾਡੇ ਕੋਲ ਇੰਪਲਾਇਰ ਜਾਂ ਫੈਮਿਲੀ ਨਹੀਂ ਹੈ ਤੁਸੀਂ ਇੰਪਲਾਇਰ ਜਾਂ ਫੈਮਿਲੀ ਹਾਇਰ ਕਰਵਾ ਦਿਓ ਤਾਂ ਮੈਂ ਉਹਨਾਂ ਵਾਸਤੇ ਇਹ ਜ਼ਰੂਰ ਕਹਾਂਗਾ ਕਿ ਐਸੇ ਇੰਸਟੀਚਿਊਟ ਜਾਂ ਐਸੇ ਏਜੰਸੀਆਂ ਕੋਲ ਤੁਸੀਂ ਡਿਮਾਂਡ ਨਾ ਰੱਖੋ ਸਪਲਾਈ ਆਪਣੇ ਆਪ ਖਤਮ ਹੋ ਜਾਏਗੀ ਭਾਵ ਆਦਮੀ ਦਾ ਲਾਲਚ ਕਦੀ ਖਤਮ ਨਹੀਂ ਹੁੰਦਾ ਅਗਰ ਤੁਸੀਂ ਕਿਸੇ ਵੀ ਇੰਸਟੀਚਿਊਟ ਕੋਲ ਇਹ ਡਿਮਾਂਡ ਰੱਖੋਗੇ ਤਾਂ ਉਹ ਕਿਸੇ ਦਾ ਹੁੱਕ ਔਰ ਕਰੁੱਕ ਤਰੀਕੇ ਨਾਲ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਮੈਂ ਸ਼ਰਤੀਆ ਇਹ ਕਹਿੰਦਾ ਹੈਗਾ ਕਿ ਤੁਹਾਡਾ ਵੀਜ਼ਾ ਨਹੀਂ ਆਉਣ ਵਾਲਾ ਖਾਸ ਕਰ ਨੈਨੀ ਦਾ ਇਸ ਤਰ੍ਹਾਂ ਤੁਹਾਡੇ ਆਪਣੇ ਰੈਫਰੈਂਸ ਦੇ ਨਾਲ ਜਾਂ ਤੁਹਾਡੀ ਨੈੱਟ ਡੈਸਕਟੋਪ ਰਿਸਰਚ ਜਿਹੜੀ ਕਰਦਾ ਬੰਦਾ ਜਿਵੇਂ ਮੈਟਰੀਮੋਨੀਅਲ 'ਚ ਲੱਭਦਾ ਹੈਗਾ ਆਪਣਾ ਮੈਚ ਕਿਉਂਕਿ ਆਪਣੀ ਕਮਿਊਨਿਟੀਆਂ ਵਿੱਚ ਅੱਜ ਕੱਲ੍ਹ ਦੇਖਿਆ ਗਿਆ ਬੱਚੇ ਬਹੁਤ ਪੜ੍ਹ ਜਾਂਦੇ ਆ ਤਾਂ ਮੈਟਰੀਮੋਨੀਅਲ ਆਪਣੀ ਰਿਸ਼ਤੇਦਾਰੀ 'ਚ ਜਿਵੇਂ ਨਹੀਂ ਮਿਲਦੇ ਸ਼ਾਦੀ ਦੇ ਤਾਂ ਅਸੀਂ ਔਨਲਾਈਨ ਸਰਚ ਕਰਦੇ ਹਾਂ ਅਤੇ ਅਜੋਕੇ ਯੁੱਗ ਦੇ ਵਿੱਚ ਡਾਈਵਰਸੀਫਾਈਡ ਹੈ ਸਾਡਾ ਜਿਹੜਾ ਐਵੋਲਿਊਸ਼ਨ ਕਲਚਰ ਅਤੇ ਸਾਨੂੰ ਯੋਗ ਵਾਰ ਮਿਲ ਜਾਂਦੇ ਆ ਬਿਲਕੁਲ ਇਸ ਤਰ੍ਹਾਂ ਹੀ ਸਾਨੂੰ ਇੰਪਲਾਇਰ ਵੀ ਨੈੱਟ 'ਤੇ ਮਿਲ ਜਾਏਗਾ ਅਗਰ ਸਾਡੇ ਰੈਫਰੈਂਸ ਸਾਡੇ ਕੋਈ ਰਿਸ਼ਤੇਦਾਰ ਜਾਂ ਦੂਰ ਦੁਰਾਂਡੇ ਦੇ ਕੋਈ ਜਾਣਕਾਰ ਹੈਗੇ ਤਾਂ ਉਹਦੇ ਥਰੂ ਵੀ ਫੈਮਿਲੀ ਮਿਲ ਜਾਂਦੀ ਹੈ ਤੁਸੀਂ ਕਿਸੇ ਵੀ ਐਜੂਕੇਸ਼ਨ ਇੰਸਟੀਚਿਊਟ ਨੂੰ ਇਹ ਪ੍ਰੈਸ਼ਰਾਈਜ਼ ਨਾ ਕਰੋ ਕਿ ਸਾਨੂੰ LMI ਮੰਗਵਾ ਦੇ ਜਾਂ ਇੰਪਲਾਇਰ ਮੰਗਵਾ ਦੇ ਰੈਡੀਮੇਡ ਤੁਸੀਂ ਫੋਕਸ ਆਪਣਾ ਰੱਖਣਾ ਹੈਗਾ ਕਿ ਅਗਰ ਤੁਸੀਂ 18 ਤੋਂ 45 ਸਾਲ ਤੱਕ ਤੁਹਾਡੀ ਫਿਜ਼ੀਬਿਲਟੀ ਵਾਇਬਿਲਟੀ ਤੁਹਾਡੇ ਇੰਟੈਲੀਜੈਂਸ ਤੁਹਾਡੀ IQ ਤੁਹਾਡੀ ਜਿਹੜੀ ਆਪਣੇ ਰਿਸ਼ਤੇ ਨਾਲ ਬਣਾਈ ਹੋਈ ਹੈ ਉਹਦੇ ਬਦੌਲਤ ਤੁਸੀਂ LMIA ਜਾਂ ਇੰਪਲਾਇਰ
ਆਪਣੇ ਲਈ ਅਰੇਂਜ ਕਰ ਸਕਦੇ ਹੋ ਤਾਂ ਜ਼ਰੂਰ ਕਰੋ। ਪਰ ਕਿਸੇ ਇੰਸਟੀਚਿਊਟ ਨੂੰ ਵਿੱਚ ਥਰਡ ਏਜੰਸੀ ਨਾ ਪਾਓ, ਪੈਸਾ ਰੁਲਾਉਣ ਵਾਲੀ ਗੱਲ। ਇੱਕ ਚੀਜ਼ ਇਹ ਯਾਦ ਰੱਖੋ, ਕੋਈ ਵੀ ਬੈਕ ਡੇਟ ਸਰਟੀਫਿਕੇਟ ਕਿਸੇ ਵੀ ਇੰਸਟੀਚਿਊਟ ਤੋਂ ਬਗੈਰ ਪੜ੍ਹੇ ਲਿਖੇ ਨਾ ਖਰੀਦੋ। ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਤੁਸੀਂ ਫਸ ਜਾਓ। ਕ੍ਰੋਸ ਐਗਜ਼ਾਮੀਨੇਸ਼ਨ ਤੋਂ ਭਾਵ ਹੈਗਾ ਕਿ ਜਦੋਂ ਕੋਈ ਉਸਦੇ ਨਾਲ ਰਿਲੇਟਡ ਕੁਐਸਚਨ ਪੁੱਛਿਆ ਜਾਏਗਾ ਤਾਂ ਤੁਹਾਨੂੰ ਉਹ ਪਾਸ ਹੀ ਨਹੀਂ ਹੋਣਾ। ਦੂਸਰੀ ਗੱਲ, ਵੀਜ਼ਾ ਸਕਸੈਸ ਰੇਟ ਡਿਪੈਂਡ ਕਰਦਾ ਹੈਗਾ ਕਿ ਐਮਬੈਸੀ ਦੇ ਜਿਹੜੇ ਓਫੀਸ਼ੀਅਲ ਤੁਹਾਨੂੰ ਕੋਖ ਰਹੇ ਹਨ ਤਾਂ ਉਹਨਾਂ ਨੂੰ ਤੁਹਾਡੀ ਸੀਵੀ ਵਿੱਚ ਕਿੰਨੀ ਕੁ ਰਿਫਲੈਕਸ਼ਨ ਨਜ਼ਰ ਆਉਂਦੀ ਹੈ ਕਿ ਤੁਸੀਂ ਮੁੜ ਆਓ ਅਤੇ ਤੁਸੀਂ ਕੁਆਲੀਫਾਈਡ ਹੋ ਵੀ ਕਿ ਨਹੀਂ, ਕੰਪੀਟੈਂਸੀ ਰੱਖਦੇ ਹੋ ਕਿ ਨਹੀਂ। ਇਸ ਕਰਕੇ ਬਹੁਤ ਸਾਰੇ ਬੱਚੇ ਐਮਪਲਾਇਰ ਐਸਾ ਅਰੇਂਜ ਕਰਦੇ ਹੈਗੇ ਜਿਹਦੇ ਘਰ ਡਿਸੇਬਲਡ ਜਾਂ ਮਰੀਜ਼ ਪਿਆ ਹੈਗਾ ਅਤੇ ਜਿਹੜਾ ਕੋਰਸ ਕਰਨ ਵਾਲਾ ਬੱਚਾ ਹੈਗਾ ਉਹ ਐਕਸਪਰਟਾਈਜ਼ ਨਹੀਂ ਰੱਖ ਰਿਹਾ। ਕੋਰਸ ਕਰ ਲਿਆ ਉਸਨੇ ਪਰ ਉਸਦੇ ਇੰਸਟੀਚਿਊਟ ਨੇ ਉਸਨੂੰ ਇਹ ਨਹੀਂ ਦੱਸਿਆ ਕਿ ਆਹ ਜਿਹੜਾ ਐਮਪਲਾਇਰ ਤੂੰ ਅਰੇਂਜ ਕੀਤਾ ਹੈਗਾ ਉਹਦੇ ਹਿਸਾਬ ਨਾਲ ਤੇਰੀ ਜਿਹੜੀ ਕੁਆਲੀਫਿਕੇਸ਼ਨ ਹੈ, ਜਿਹੜੀ ਪਿਛਲੀ ਕੁਆਲੀਫਿਕੇਸ਼ਨ ਹੈ ਜਾਂ ਰਿਲੇਟਿਡ ਕੁਆਲੀਫਿਕੇਸ਼ਨ ਹੈ ਉਹ ਕੰਪੈਟੀਬਲ ਹੈ ਜਾਂ ਨਹੀਂ। ਕੰਪੈਟੀਬਿਲਟੀ ਬਹੁਤ ਜ਼ਰੂਰੀ ਹੈ ਇਸ ਕਰਕੇ ਕਿਉਂਕਿ ਜਿਹੜੇ ਦੋ ਪਾਥਵੇ ਹੈ, ਚਾਹੇ ਫਰੈਸ਼ ਕੈਂਡੀਡੇਟ ਹੋਵੇ ਪਲੱਸ ਟੂ ਚਾਹੇ ਪੀ ਐੱਚ ਡੀ ਹੋਵੇ, ਉਹ ਚਾਈਲਡ ਕੇਅਰ ਪਾਥਵੇ 'ਤੇ ਜਾਏਗਾ ਅਤੇ ਜਿਹੜਾ ਅਲਾਈਡ ਹੈਲਥ ਦੇ ਨਾਲ ਐਕਸਪੀਰੀਅੰਸਡ ਹੈ ਅਤੇ ਨੈਨੀ ਦਾ ਕੋਰਸ ਨਾਲ ਕੀਤਾ ਹੋਇਆ ਤਾਂ ਓਲਡ ਏਜ ਕੇਅਰ ਡਿਸੇਬਲਡ ਕੇਅਰ ਲਈ ਜਾਏ। ਜਿਹੜਾ ਇੰਸਟੀਚਿਊਟ ਸਿਰਫ ਪੈਸੇ ਬਟੋਰਨਾ ਹੀ ਜਾਣਦਾ ਹੈਗਾ ਅਤੇ ਆਪਣੇ ਕਲਾਇੰਟ ਨੂੰ ਕਸਟਮਰ ਨੂੰ ਪ੍ਰੋਪਰ ਗਾਈਡ ਨਹੀਂ ਕਰਦਾ ਤਾਂ ਲੇਟਰ ਔਨ ਜਾ ਕੇ ਉਹਨੂੰ ਫਰਸਟ੍ਰੇਸ਼ਨ ਹੀ ਮਿਲੇਗੀ ਉਸ ਇੰਸਟੀਚਿਊਟ ਨੂੰ ਵੀ, ਕਿਉਂਕਿ ਉਹ ਆਪਣੀ ਪ੍ਰੋਡਕਟ ਨੂੰ ਸ਼ੇਪ ਨਹੀਂ ਦੇ ਰਿਹਾ, ਉਹ ਬੁੱਤ ਵਾਂਗ ਤਰਾਸ਼ ਨਹੀਂ ਰਿਹਾ। ਤਾਂ ਵੀਰੋ ਭੈਣੋ ਭਰਾਓ ਸਮਝੋ, ਲੌਜਿਕ ਦੇ ਨਾਲ ਕੋਰਸ ਕਰੋ ਅਤੇ ਰਸਤੇ ਸਮਝੋ, ਦਿਸ਼ਾਹੀਨ ਨਾ ਹੋ। ਧੰਨਵਾਦ।